ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਪਰਦਾਇਕ ਆਸ ਸੇਵਾ ਸਰਿਆਣੀ ਸਾਹਿਬ ਵੱਲੋਂ ਅਜਿਹੇ ਸਮਾਜ ਸੁਧਾਰ ਕਾਰਜ ਅਨੇਕਾਂ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਲੜਕੀਆਂ ਦੀਆਂ ਸ਼ਾਦੀਆਂ, ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਦਰੱਖਤਾਂ ਦਾ ਲਗਾਉਣਾ। ਇੱਥੇ ਲੜੀ ਤਹਿਤ ਸੰਪਰਦਾਇ ਵੱਲੋਂ ਹਰ ਸਾਲ 1000 ਯੂਨਿਟ ਖੂਨਦਾਨ ਸੰਗਤਾਂ ਨੂੰ ਪ੍ਰੇਰਿਤ ਕਰਕੇ ਕਰਵਾਇਆ ਜਾਂਦਾ ਹੈ। ਮਾਨਵਤਾ ਦੀ ਸੇਵਾ ਲਈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹ ਜਿਹੜੀ ਮਾਨਵ ਦੀ ਜਿਹੜੀ ਸੇਵਾ ਹੈ, ਸਭ ਤੋਂ ਉੱਤਮ ਸੇਵਾ ਹੈ, ਖੂਨਦਾਨ ਦੀ, ਇਸ 'ਚ ਆਪਣਾ ਯੋਗਦਾਨ ਪਾਓ। ਸੰਗਤਾਂ ਸੰਪਰਦਾਇ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਸਾਲ ਜਿਹੜਾ ਖੂਨਦਾਨ ਕਰਦੀਆਂ ਨੇ। ਇਸੇ ਲੜੀ ਤਹਿਤ ਅੱਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖ ਕੇ ਖੂਨਦਾਨ ਜਿਹੜਾ ਕੈਂਪ ਹੈ ਸਿੰਘ ਸਾਹਿਬ ਗੁਰਦੁਆਰਾ ਬਾਬਾ ਰਾਮ ਸਿੰਘ ਸਥਾਨ 'ਤੇ ਲਗਾਇਆ ਗਿਆ ਹੈ। ਇਸ ਵਿੱਚ ਸੈਂਕੜੇ ਸੰਗਤਾਣੀਆਂ ਖੂਨਦਾਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰ ਰਹੀਆਂ ਨੇ, ਮਾਨਤਾ ਦੀ ਸੇਵਾ ਕਰ ਰਹੀਆਂ ਨੇ। ਸੰਪਰਦਾਇ ਵੱਲੋਂ ਪਹਿਲਾਂ ਵੀ ਇਸ ਸਥਾਨ ਦੇ ਉੱਤੇ ਬਹੁਤ ਕੈਂਪ ਲਗਾਏ ਗਏ ਨੇ। ਗੁਰਦੁਆਰਾ ਗੁਰਪੀ ਸਾਹਿਬ ਜਦੋਂ ਬਾਬਾ ਜੀ ਦੀ ਬਰਸੀ 1 ਜਾਂ 2 ਜਨਵਰੀ ਨੂੰ ਕਰਾਈ ਜਾਂਦੀ ਹੈ, ਉੱਥੇ ਗਰੀਬ ਲੜਕੀਆਂ ਦੇ ਸਮੂਹ ਸ਼ਾਦੀਆਂ ਵੀ ਕੀਤੀਆਂ ਜਾਂਦੀਆਂ, ਨਾਲ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਨੇ। ਇੱਥੇ ਹੀ ਨਹੀਂ, ਸੰਪਰਦਾਇ ਵੱਲੋਂ ਛੱਤੀਸਗੜ੍ਹ ਜੋ ਰਾਜਧਾਨੀ ਰਾਜਪੁਰ ਹੈ ਛੱਤੀਸਗੜ੍ਹ ਦੀ, ਉੱਥੇ ਵੀ ਕੈਂਪ ਜਿਹੜੇ ਖੂਨਦਾਨ ਕਰਵਾਏ ਗਏ। ਨਾ ਇਹ ਜੋ ਸੈਟੀ ਵਾਲੇ ਆਉਂਦੇ ਨਾ ਆਪਣਾ ਬਲੱਡ ਬੈਂਕ ਜਾਂ ਏਅਰ ਪੱਟੀ ਵਾਲੇ ਜਾਂ ਤਰਨ ਤਾਰਨ ਵਾਲੇ ਜਿਹੜੇ ਡਾਕਟਰ ਸਾਹਿਬ ਆਉਂਦੇ, ਇਹ ਖੂਨ ਲਿਜਾਂਦੇ ਇੱਥੋਂ। ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਭ ਤੋਂ ਉੱਤਮ ਸੇਵਾ ਹੈ, ਆਪਣਾ ਯੋਗਦਾਨ ਪਾ ਕੇ ਜੋ ਸਾਨੂੰ ਮੁਲਕਾ ਸਰੀਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਤੰਦਰੁਸਤ ਸਰੀਰ ਬਖਸ਼ਿਸ਼ ਕੀਤਾ, ਜ਼ਰੂਰ ਖੂਨਦਾਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰੋ। ਕਿਸੇ ਦੀ ਜਾਨ ਬਚਾਉਣ ਦੇ ਵਿੱਚ ਤੁਹਾਡਾ ਜਿਹੜਾ ਇਹ ਖੂਨ ਦਾ ਖਤਰਾ ਵੀ ਬਹੁਤ ਸਹਾਇਤਾ ਕਰ ਸਕਦਾ ਹੈ।